ਡਾਕਟਰ ਮਨਦੀਪ ਕੌਰ ਰਾਏ ਦੀ ਪੁਸਤਕ ਇਹ ਰਾ ਜਾਂਦੇ ਕਿਹੜੇ ਪਾਸੇ ਦਾ ਵਿਸ਼ਾ ਹਮਸਾਈ ਰਚਨਾ ਤੇ ਵਿਕੀ ਦੋਨੋਂ ਅਜੇ ਬਦਨਸੀ ਭੈਣ ਭਰਾ ਸਨ ਜਿਨ੍ਹਾਂ ਨੂੰ ਆਪਣੇ ਮਾਂ ਬਾਪ ਵੱਲੋਂ ਇੱਕ ਮਨੁੱਖਾ ਸਰੀਰ ਤੇ ਆਉਂਦੇ ਜਾਂਦੇ ਸਾਹਾਂ ਦੀ ਵਿਰਾਸਤ ਹੀ ਜਾਇਦਾਦ ਦੇ ਤੌਰ ਤੇ ਮਿਲੀ ਸੀ ਜਲੰਧਰ ਸ਼ਹਿਰ ਦੇ ਹਰਗੋਬਿੰਦ ਨਗਰ ਦਾ ਇੱਕ ਅਧਾ ਅਧੂਰਾ ਮਕਾਨ ਜਿਹਦੇ ਅੰਦਰ ਨਰਕ ਦੀ ਇੱਕ ਜਿਉਂਦੀ ਜਾਗਦੀ ਤਸਵੀਰ ਵੇਖੀ ਜਾ ਸਕਦੀ ਸੀ ਕੂੜੇ ਕਰਕਟ ਤੇ ਪਖਾਨੇ ਦੀ ਬਦਬੂ ਨਾਲ ਭਰੇ ਹੋਏ ਇਸ ਮਕਾਨ ਦੇ ਅੰਦਰ ਮੰਦੇ ਹਾਲੀ ਸਾਹ ਲੈਂਦੇ ਤਿੰਨ ਬਦਨਸੀਬ ਇਨਸਾਨ ਰਹਿ ਗਏ ਸਨ ਇੱਕੋ ਮੰਜੇ ਤੇ ਬੈਠੇ ਦੋ ਸਕੇ ਭੈਣ ਭਰਾ ਰਚਨਾ ਤੇ ਵਿਕੀ ਕੋਲੀ ਦੂਜੇ ਮੰਜੇ ਤੇ ਪਿਆ ਉਹਨਾਂ ਦਾ ਬਿਮਾਰ ਤੇ ਲਾਚਾਰ ਬਾਪ ਤਰਸੀਮ ਲਾਲ ਰਚਨਾ ਤੇ ਵਿਕੀ ਦੀ ਉਮਰ ਕੋਈ 35 ਤੋਂ 40 ਦੇ ਵਿੱਚ ਘਾਰਜਪਦੀ ਸੀ ਇਹ ਦੋਨੋਂ ਬੱਚੇ ਬਚਪਨ ਤੋਂ ਹੀ ਮੰਦਬੁੱਧੀ ਸਨ ਮਾਨ ਸਰਜੀਤ ਕੌਰ ਦੋਨਾਂ ਨੂੰ ਬੜੀ ਮਿਹਨਤ ਨਾਲ ਸੰਭਾਲਦੀ ਸੀ ਪਰ ਉਹ 2009 ਚ ਸਵਰਗਵਾਸ ਹੋ ਗਈ। ਉਹਦੀ ਬੇਵਕਤ ਮੌਤ ਤੋਂ ਬਾਅਦ ਇਹ ਪਰਿਵਾਰ ਜ਼ਿੰਦਗੀ ਦੀ ਲੀਹ ਤੋਂ ਬੁਰੀ ਤਰ੍ਹਾਂ ਔਖੜ ਗਿਆ। ਉਹਦਾ ਪਤੀ ਤਰਸੀਮ لال ਖੁਦ ਬਹੁਤ ਬਿਮਾਰ ਰਹਿਣ ਲੱਗ ਪਿਆ ਤੇ ਦੋਨਾਂ ਮੰਦਬੁੱਧੀ ਬੱਚਿਆਂ ਦੀ ਦੇਖਭਾਲ ਤੋਂ ਅਸਮਰਥ ਹੋ ਗਿਆ। ਰਚਨਾ ਤੇ ਵਿਕੀ ਕਈ ਵਾਰ ਕੱਪੜਿਆਂ ਤੋਂ ਬਿਨਾਂ ਹੀ ਬਾਹਰ ਘੁੰਮਦੇ ਰਹਿੰਦੇ। ਜੇ ਕੋਈ ਆਣ ਗੁਆਣ ਤੋਂ ਤਰਸ ਕਰਕੇ ਆ ਕੇ ਨੁਹਾ ਜਾਂਦਾ ਨਹਾ ਲੈਂਦੇ। ਕੋਈ ਕੁਝ ਖਾਣ ਨੂੰ ਦੇ ਜਾਂਦਾ ਖਾ ਲੈਂਦੇ। ਵਿੱਕੀ ਜਮੰਦ ਰੁਈ ਸੁਣ ਬੋਲ ਨਹੀਂ ਸੀ ਸਕਦਾ। ਰਚਨਾ ਸੁਣ ਬੋਲਦਾ ਸਕਦੀ ਸੀ ਪਰ ਮੰਦਬੁੱਧੀ ਸੀ। ਘਰ ਦਾ ਅੰਦਰੂਨੀ ਦ੍ਰਿਸ਼ ਕਿਸੇ ਦੋਜ਼ਖਤੋਂ ਘੱਟ ਨਹੀਂ ਸੀ। ਗੈਸੀ ਚੁੱਲ੍ਹੇ ਤੇ ਜੰਮੀ ਗਰਦ ਤੇ ਲੱਗਿਆ ਹੋਇਆ ਜੰਗਾਲ ਦੱਸਦਾ ਸੀ ਕਿ ਕਈ ਮਹੀਨਿਆਂ ਤੋਂ ਇਹ ਚੁੱਲ੍ਹਾ ਕਦੀ ਬਲਿਆ ਹੀ ਨਹੀਂ ਸੀ। ਰਸੋਈ 'ਚ ਖਾਣ ਪੀਣ ਦੀਆਂ ਗਲ ਚੁੱਕੀਆਂ ਚੀਜ਼ਾਂ 'ਚ ਕੀੜੇ ਚੱਲ ਰਹੇ ਸਨ। ਬਾਬ ਉੱਠ ਪੈਠ ਸਕਣ ਦੇ ਵੀ ਸਮਰੱਥ ਨਹੀਂ ਸੀ ਉਤਰ ਲਈ ਕਰ ਰਿਹਾ ਸੀ ਕਿ ਕੋਈ ਉਹਦੇ ਬੱਚਿਆਂ ਨੂੰ ਲੈ ਜਾਵੇ ਉਹਨਾਂ ਦੀ ਸਾਂਭ ਸੰਭਾਲ ਕਰ ਦੇਵੇ ਚਾਹੇ ਉਸ ਸਮੇਂ ਸੰਸਥਾ ਦੇ ਮੈਂਬਰ ਬਾਰ ਨਹਾੜੇ ਦੇ ਖੇਤਾਂ ਦੇ ਤੰਬੂਆਂ 'ਚ ਰਹਿ ਰਹੇ ਸਨ ਤੇ ਉੱਥੇ ਔਰਤਾਂ ਦੀ ਦੇਖਭਾਲ ਦਾ ਕੋਈ ਪ੍ਰਬੰਧ ਨਹੀਂ ਸੀ ਪਰ ਰਚਨਾ ਦੀ ਹਾਲਤ ਵੇਖਦਿਆਂ ਉਹਨੂੰ ਬੇਸਹਾਰਾ ਨਹੀਂ ਸੀ ਛੱਡਿਆ ਜਾ ਸਕਦਾ ਇਹ ਸੋਚ ਕੇ ਉਹਨੂੰ ਨਾਲ ਲੈ ਆ ਲਿਆ ਗਿਆ ਕਿ ਕੁਝ ਦਿਨ ਤੱਕ ਉਹਨੂੰ ਨਾਰੀ ਨਿਕੇਤਨ ਭੇਜ ਦਿੱਤਾ ਜਾਏਗਾ 4 ਸਤੰਬਰ 2017 ਨੂੰ ਗੁਰਪ੍ਰੀਤ ਬਾਈ ਨੇ ਇਸ ਪਰਿਵਾਰ ਦੀ ਬਾਂਹ ਫੜੀ ਇਹਨਾਂ ਤਿੰਨਾਂ ਨੂੰ ਆਪਣੇ ਨਾਲ ਬਾਹਰ ਨਹਾੜੇ ਲੈ ਆਏ ਜਿੱਥੇ ਵਿਸ਼ੇਸ਼ ਲੋੜਾਂ ਵਾਲੀ ਮਹਿਲਾ ਰਚਨਾ ਦੀ ਗੁਰਪ੍ਰੀਤ ਬਾਈ ਦੇ ਮਾਤਾ ਜੀ ਦੇ ਸਹਿਯੋਗ ਨਾਲ ਸੰਭਾਲ ਕੀਤੀ ਗਈ ਤਰਸੀਮ ਲਾਲ ਦੀ ਹਾਲਤ ਜ਼ਿਆਦਾ ਨਾਜ਼ੁਕ ਹੋਣ ਕਾਰਨ ਜ਼ੇਰੇ ਇਲਾਜ 16-17 ਦਿਨਾਂ ਬਾਅਦ ਹੀ ਉਹਦੀ ਮੌਤ ਹੋ ਗਈ ਪਰ ਇਸ ਦੁਨੀਆ ਤੋਂ ਰੁਕਸਤ ਹੋਣ ਸਮੇਂ ਉਹਨੂੰ ਇੰਨਾ ਸਕੂਨ ਜ਼ਰੂਰ ਸੀ ਕਿ ਉਹਦੇ ਬੱਚੇ ਸੁਰੱਖਿਅਤ ਹੱਥਾਂ 'ਚ ਪਹੁੰਚ ਗਏ ਮਾਂ-ਬਾਪ ਦੀ ਮੌਤ ਤੋਂ ਬਾਅਦ ਇਸ ਵਸਤੀ ਦੁਨੀਆ 'ਚ ਇਕੱਲੇ ਹੋ ਗਏ ਰਚਨਾ ਤੇ ਵਿਕੀ ਨੂੰ ਜੇ ਅਲੱਗ-ਅਲੱਗ ਰੱਖਿਆ ਜਾਂਦਾ ਤਾਂ ਉਹਨਾਂ ਦੀ ਹਾਲਤ ਹੋਰ ਵੀ ਵਿਗੜ ਜਾਂਦੀ ਇਸ ਲਈ ਉਹਨਾਂ ਦੋਵਾਂ ਦੀ ਸਾਂਝ ਨੂੰ ਵੇਖਦੇ ਹੋਏ ਫੈਸਲਾ ਕੀਤਾ ਗਿਆ ਉਹਨਾਂ ਨੂੰ ਇਕੱਠਿਆਂ ਹੀ ਰੱਖਿਆ ਜਾਏ ਕਿਉਂਕਿ ਦੋਵਾਂ ਨੂੰ ਘਟੋ-ਘਟ ਇੱਕ ਦੂਜੇ ਦਾ ਸਹਾਰਾ ਤਾਂ ਰਹੇਗਾ ਇਸ ਤਰ੍ਹਾਂ ਰਚਨਾ ਇਸ ਸੰਸਥਾ ਦੀ ਪਹਿਲੀ ਮਹਿਲਾ ਮੈਂਬਰ ਸੀ ਜੋ ਹੋਰ ਲੋੜਵੰਦ ਔਰਤਾਂ ਲਈ ਸੁਪਨਿਆਂ ਦੇ ਘਰ ਦਾ ਬੂਹਾ ਖੋਲਣ ਦਾ ਸਬੱਬ ਬਣੀ ਇਸ ਸਮੇਂ ਰਚਨਾ ਤੇ ਵਿਕੀ ਆਪਣੀਆਂ ਜਵੰਧ ਰੂਹਾਨਸਿਕ ਮਹਿਰੂਮੀਆਂ ਦੇ ਬਾਵਜੂਦ ਸੰਸਥਾਚਿਕ ਸਧਾਰਨ ਪਰਵਾਰਕ ਜੀਵਨ ਬਸਰ ਕਰ ਰਹੇ ਹਨ। ਉਹਨਾਂ ਦੇ ਮਨ ਦੇ ਕੋਰੇ ਕਾਗਜ਼ ਉੱਪਰ ਗੁਰਪ੍ਰੀਤ ਬਾਈ ਦੇ ਮੂੰਹ ਭਿੱਜੇ ਸ਼ਬਦਾਂ ਦੀ ਇਹ ਬਾਰਤ ਨੇ ਉਹਨਾਂ ਨੂੰ ਜਿਉਣ ਜੋਗੇ ਕਰ ਦਿੱਤਾ ਹੈ। ਧੰਨਵਾਦ।